ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਾਏ ਭੋਏ ਦੀ ਤਲਵੰਡੀ ਤੇ ਰਹਿੰਦੇ ਨੇ ਤੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੌਤਕ ਰਾਏ ਸਾਹਿਬ ਨੇ ਵੇਖੇ ਨਾ, ਰਾਏ ਬੁਲਾਰ ਨੇ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਰੱਬ ਮੰਨ ਕੇ ਬਹਿ ਗਿਆ। ਕਹਿੰਦਾ ਵੀ ਇਹ ਮੇਰਾ ਖੁਦਾ ਹੈ, ਮੇਰਾ ਅੱਲਾ, ਇਹੋ ਹੀ ਹੈ ਸਭ। ਕਲਿਆਣ ਦਾਸ ਮਹਿਤਾ ਜੀ ਨੇ ਵੀ ਕਿਹਾ ਵੀ ਤੂੰ ਇਹਨਾਂ ਨੂੰ ਕੁਝ ਨਹੀਂ ਕਹਿਣਾ, ਜਿਹੜਾ ਤੇਰਾ ਨੁਕਸਾਨ ਕਰਨ ਕੁਝ ਕਰਨ ਤੂੰ ਮੇਰੇ ਤੋਂ ਲੈਣਾ, ਤੂੰ ਮੇਰੀ ਅੱਖ ਨਾਲ ਵੇਖ ਤੈਨੂੰ ਦਿਖਣਗੇ, ਤੂੰ ਪਿਓ ਦੀ ਅੱਖ ਨਾਲ ਵੇਖ ਰਿਹਾ ਤੈਨੂੰ ਪੁੱਤਰ ਦਿਸਦਾ, ਮੇਰੀਆਂ ਅੱਖਾਂ ਨਾਲ ਵੇਖ। ਕਹਿੰਦੇ ਨੇ ਉਸ ਜਗ੍ਹਾ ਨੂੰ ਰਾਏ ਭੋਏ ਦੀ ਤਲਵੰਡੀ ਕਹਿੰਦੇ ਸੀ, ਪਰ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੌਤਕ ਵੇਖੇ, ਦਰਸ਼ਨ ਕੀਤੇ ਰਾਏ ਜੀ ਨੇ, ਕਹਿੰਦੇ ਨੇ ਅੱਜ ਤੋਂ ਇਹ ਰਾਏ ਭੋਏ ਦੀ ਤਲਵੰਡੀ ਨਹੀਂ, ਇਹ ਰਾਏ ਦੀ ਭੋਏ ਨਹੀਂ, ਕਿਉਂਕਿ ਉਹਦਾ ਨਾਂ ਰਾਏ ਤੋਂ ਰੱਖਿਆ ਗਿਆ ਸੀ। ਕਹਿੰਦੇ ਸਾਡੀ ਭੋਏ ਨਹੀਂ, ਅੱਜ ਤੋਂ ਇਹ ਗੁਰੂ ਨਾਨਕ ਇੱਥੇ ਆ ਗਿਆ, ਪੀਰਾਂ ਦਾ ਪੀਰ, ਫਕੀਰਾਂ ਦਾ ਫਕੀਰ, ਪਾਤਸ਼ਾਹਾਂ ਦਾ ਪਾਤਸ਼ਾਹ, ਬਲੀ। ਕਹਿੰਦੇ ਨੇ ਅੱਜ ਤੋਂ ਇਹ ਰਾਏ ਦੀ ਭੋਏ ਨਹੀਂ ਰਹਿ ਗਈ, ਅੱਜ ਤੋਂ ਇਹ ਗੁਰੂ ਨਾਨਕ ਦਾ ਨਨਕਾਣਾ ਬਣ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨਨਕਾਣਾ ਬਣ ਗਿਆ, ਅੱਜ ਤੋਂ ਇਹਨੂੰ ਤਲਵੰਡੀ ਕੋਈ ਨਾ ਕਵੇ, ਇਹ ਨਾਨਕ ਦਾ ਨਨਕਾਣਾ ਹੈ। ਸੰਗਤ ਜੀ, ਮਹਾਰਾਜ ਕੁਝ ਸਮਾਂ ਉੱਥੇ ਰਹੇ ਤੇ ਫਿਰ ਮਹਾਰਾਜ ਉੱਥੋਂ ਰਮਤੇ ਹੋਏ ਚੱਲਣ ਲੱਗੇ ਤੇ ਰਾਏ ਭੋਏ ਜੀ ਅੱਗੇ ਆ ਕੇ ਖਲੋ ਗਏ। ਕਹਿੰਦੇ ਮਹਾਰਾਜ ਕਿੱਥੇ ਚੱਲੇ ਹੋ? ਜਬ ਬਾਬਾ ਚੱਲਣੇ ਕੋ ਲਾਗਾ, ਜਦੋਂ ਮਹਾਰਾਜ ਚੱਲਣ ਲੱਗੇ ਤੇ ਰਾਏ ਜੀ ਆ ਕੇ ਖਲੋ ਗਏ, ਮਹਾਰਾਜ ਜੀ ਕਿੱਥੇ ਚੱਲੇ ਹੋ? ਮਹਾਰਾਜ ਪਹਿਲਾਂ ਤੇ ਸਾਰੀ ਉਮਰ ਮੇਰੀ ਲੰਘ ਗਈ ਦੁਨੀਆਂ ਦੇ ਕੰਮਾਂ ਦੇ ਵਿੱਚ, ਹੁਣ ਕਿਸੇ ਕਰਮ ਭਾਗ ਕਰਕੇ ਤੁਹਾਡਾ ਦਰਸ਼ਨ ਹੋਇਆ, ਸੱਚੇ ਪਾਤਸ਼ਾਹ ਹੁਣ ਕਿੱਥੇ ਚੱਲੇ ਹੋ? ਸਾਡਾ ਜੀ ਨਹੀਂ ਲੱਗਣਾ ਮਹਾਰਾਜ। ਮਹਾਰਾਜ ਕਹਿੰਦੇ ਨੇ ਅਸੀਂ ਚੱਲੇ ਹਾਂ, ਅਸੀਂ ਦੁਨੀਆਂ ਨੂੰ ਤਾਰਨ ਚੱਲੇ ਹਾਂ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਨੇ, ਦੁਨੀਆਂ ਨੂੰ ਤਾਰਨ ਵਾਸਤੇ ਚੱਲੇ ਹਾਂ। ਰਾਏ ਜੀ, ਦੁਨੀਆਂ ਨੂੰ ਤਾਰਨ ਵਾਸਤੇ ਅਸੀਂ ਇੱਕ ਜਗ੍ਹਾ ਤੇ ਨਹੀਂ ਬਹਿ ਸਕਦੇ, ਥਾਂ ਥਾਂ ਤੇ ਜਾ ਕੇ ਦੁਨੀਆਂ ਨੂੰ ਤਾਰਨਾ। ਕਹਿੰਦੇ ਨੇ ਮਰਦਾਨੇ ਨੂੰ, ਮਾਰੇ ਕਹਿੰਦੇ ਨੇ ਮਰਦਾਨਿਆ ਚੱਲੀਏ, ਮਰਦਾਨਿਆ ਦੁੱਖ ਵੰਡਾਵਣ ਦੁਨੀਆ ਦੇ, ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾਵਣ ਦੁਨੀਆ ਦੇ, ਓ ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾਵਣ ਲੋਕਾਂ ਦੇ, ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾਵਣ ਲੋਕਾਂ ਦੇ, ਓ ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾਵਣ ਲੋਕਾਂ ਦੇ, ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾਵਣ ਲੋਕਾਂ ਦੇ, 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 ਵੰਡਾਵਣ ਲੋਕਾਂ ਦੇ ਦੁੱਖ ਵੰਡਾਵਣ ਲੋਕਾਂ ਦੇ, ਓ ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾਵਣ ਲੋਕਾਂ ਦੇ, ਚੱਲ ਚੱਲੀਏ ਮਰਦਾਨਿਆ ਦੁੱਖ
ਚੱਲ ਚੱਲੀਏ ਮਰਦਾਨਿਆਂ ਦੁੱਖ ਵਡਾਵਣ ਲੋਕਾਂ ਦੇ, ਚੱਲ ਚੱਲੀਏ ਮਰਦਾਨਿਆਂ ਦੁੱਖ ਵਡਾਵਣ ਲੋਕਾਂ ਦੇ। ਜਦੋਂ ਇਹ ਗੱਲ ਰਾਏ ਜੀ ਨੇ ਸੁਣੀ ਅੱਗੇ ਆ ਕੇ ਖਲੋ ਗਏ। ਗਰੀਬ ਨਵਾਜ, ਇਹਨਾਂ ਨੈਣਾ ਨੇ, ਇਹਨਾਂ ਨੈਣਾ ਨੇ ਤਰਸਦੀਆਂ ਨੈਣਾ ਤੇਰੀਆਂ ਦੀਦਾਰਿਆਂ ਨੂੰ, ਇਹਨਾਂ ਨੈਣਾ ਨੇ ਤਰਸਦੀਆਂ ਨੈਣਾ ਤੇਰੀਆਂ ਦੀਦਾਰਿਆਂ ਨੂੰ, ਇਹਨਾਂ ਨੈਣਾ ਨੇ ਤਰਸਦੇ ਤੇਰੇ ਆਦਿਦਾਰ। ਗੁਰੂ ਜੀ ਤੇਰੇ ਆਦਿਦਾਰ, ਵਾ 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 ਤੇਰੇ ਆਦਿਦਾਰ, ਵਾ 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 ਤੇਰੇ ਆਦਿਦਾਰ, ਵਾ 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 ਤੇਰੇ ਆਦਿਦਾਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ। ਹੁਣ ਮੇਰੀ ਵਸਤਾ ਨਹੀਂ ਰਹੀ, ਮੈਂ ਤੁਹਾਡੇ ਪਿੱਛੇ ਪਿੱਛੇ ਦਰਸ਼ਨ ਕਰਨ ਜਾਵਾਂ, ਪਰ ਮੇਰੇ ਨੈਣ ਤੁਹਾਨੂੰ ਦੇਖਣ ਤੋਂ ਬਗੈਰ ਰਹਿੰਦੇ ਨਹੀਂ। ਮਹਾਰਾਜ ਹੱਥ ਜੋੜ ਕੇ ਕਹਿੰਦੇ ਨੇ, ਰਾਏ ਜੀ ਦੱਸੋ ਕੁਝ ਮੰਗ ਲਓ, ਜੋ ਬਚਨ ਕਰੋਗੇ। ਰਾਏ ਜੀ ਦੀ ਅੱਖਾਂ ਦੇ ਵਿੱਚੋਂ ਹੰਝੂ ਚੱਲ ਪਏ। ਪਤਾ ਸੀ ਵੀ ਮਹਾਰਾਜ ਹੁਣ ਤੁਰਨ ਲੱਗੇ ਨੇ, ਵੀ ਇਹਨਾਂ ਰੁਕਣਾ ਨਹੀਂ। ਤੇ ਸੰਗਤ ਜੀ, ਉਹ ਗੱਲ ਜਿਹੜੀ ਉਹਨਾਂ ਨੇ ਮੰਗੀ ਸੀ, ਅਸੀਂ ਵੀ ਉਹ ਚੀਜ਼ ਕਦੇ ਕਦੇ ਮੰਗਣੀ ਚਾਹੀਦੀ ਸਾਨੂੰ ਵੀ। ਉਸ ਵੇਲੇ ਰਾਏ ਜੀ ਨੇ ਇਹ ਬਚਨ ਕੀਤਾ, ਸੱਚੇ ਪਾਤਸ਼ਾਹ ਜੀ, ਜਿਵੇਂ ਤੁਹਾਡੇ ਦਰਸ਼ਨ ਮੈਨੂੰ ਏਦਾਂ ਹੋ ਰਹੇ ਨੇ ਨਾ, ਐ ਵੀ ਮੈਂ ਤੁਹਾਡੇ ਪ੍ਰਤੱਖ ਦਰਸ਼ਨ ਕਰ ਰਿਹਾ, ਮਹਾਰਾਜ ਮੈਨੂੰ ਬਚਨ ਦਿਓ, ਜਦੋਂ ਮੈਂ ਅੱਖਾਂ ਮੀਟ ਕੇ ਤੁਹਾਡਾ ਧਿਆਨ ਕਰਾਂ ਤੁਸੀਂ ਮੈਨੂੰ ਦਰਸ਼ਨ ਦਿਓਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਇਹ ਬਚਨ ਕਰੋ ਵੀ ਜਦੋਂ ਮੈਂ ਤੁਹਾਡੇ ਦਰਸ਼ਨ ਚਾਹਵਾਂ ਮੈਨੂੰ ਘਰ ਬੈਠਿਆ ਹੋ ਜਾਣਾ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਨੇ ਤੈਨੂੰ ਬਚਨ ਦਿੱਤਾ ਰਾਏ, ਤੂੰ ਜਦੋਂ ਵੀ ਅੱਖਾਂ ਬੰਦ ਕਰਕੇ ਸਾਡਾ ਧਿਆਨ ਧਾਰੇਗਾ, ਅਸੀਂ ਕਿਤੇ ਵੀ ਹੋਈਏ ਤੈਨੂੰ ਦਰਸ਼ਨ ਦੇ ਕੇ ਜਾਵਾਂਗੇ। ਕਹਿੰਦਾ ਮਹਾਰਾਜ ਇੱਕ ਵਚਨ ਹੋਰ ਮੈਨੂੰ ਦਿਓ। ਮਹਾਰਾਜ ਕਹਿੰਦੇ ਦੱਸ। ਮਹਾਰਾਜ ਜੀ ਮੈਨੂੰ ਪਤਾ ਹੈ ਬਹੁਤੀ ਲੰਘ ਗਈ, ਥੋੜੀ ਰਹਿ ਗਈ, ਥੋੜੀ ਜੀ ਰਹਿ ਗਈ ਹੈ, ਪਰ ਮੈਂ ਪਤਾ ਕੀ ਚਾਹੁੰਦਾ, ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਚਰਨਾਂ ਚ
ਚ ਹੋਵੇ, ਸਿਰ ਤੇਰੇ ਚਰਨਾਂ ਚ ਹੋਵੇ, ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਸਿਰ ਤੇਰੇ ਚਰਨਾਂ ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਤੇਰੇ ਚਰਨਾਂ ਚ ਹੋਵੇ, ਚੱਲਦਾ ਵਰਤਾਓ ਤੇਰੇ ਚਰਨਾਂ ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਨਿਕਲੇ, ਤੇਰਾ ਸਿਰ ਤੇਰੇ ਚਰਨਾਂ ਚ ਹੋਵੇ, ਸਿਰ ਤੇਰੇ ਚਰਨਾਂ ਚ ਹੋਵੇ, ਸਿਰ ਤੇਰੇ ਚਰਨਾਂ ਚ ਹੋਵੇ, ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਨਿਕਲੇ, ਸਿਰ ਤੇਰੇ ਚਰਨਾਂ ਚ ਹੋਵੇ, ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਉਹ ਜਦੋਂ ਮੇਰੀ ਜਾਨ ਨਿਕਲੇ, ਜਦੋਂ ਮੇਰੀ ਜਾਨ ਨਿਕਲੇ, ਲੜ ਲੱਗਿਆ ਗੁਰੂ ਜੀ ਤੇਰੇ, ਲੜ ਲੱਗਿਆ ਸਾਹਿਬ ਜੀ ਤੇਰੇ, ਲੜ ਲੱਗਿਆ ਗੁਰੂ ਜੀ ਤੇਰੇ, ਲੱਗਿਆ ਗੁਰੂ ਜੀ ਤੇਰੇ, ਮਾਤਾ ਹਰਬੰਸ ਕੌਰ ਜਿਹੜੀ ਗੁਰੂ ਦੇ ਲੜ ਲੱਗੀ ਤੇ ਲੜ ਲਾ ਕੇ ਗਈ, ਮਹਾਰਾਜ ਦੇ ਲੜ ਲੱਗੀ ਤੇ ਅੱਜ ਕਿੰਨਿਆਂ ਨੂੰ ਲਾ ਗਈ, ਜੇ ਨਾ ਲੱਗੀ ਹੁੰਦੀ ਨਗੋਰੇ ਤੁਰੇ ਫਿਰਦੇ, ਤੇ ਸੰਗਤ ਜੀ ਤਾਂ ਹੀ ਆ ਰੌਣਕ ਲੱਗੀ ਹੋਈ ਹੈ। ਦੁਨੀਆ ਕਹਿੰਦੀ ਹੈ ਸੋਗ, ਮੈਂ ਆਉਂਦਿਆਂ ਵੀ ਇਹ ਗੱਲ ਕਰਦਾ ਸੀ, ਗੁਰੂ ਵਾਲੇ ਜਿਹੜੇ ਪੂਰੇ ਹੋ ਗਏ ਨਾ ਉਹਨਾਂ ਦਾ ਕੋਈ ਸੋਗ ਨਹੀਂ, ਕਿਉਂਕਿ ਸੇਵਕ ਕੀ ਕੋੜਕ ਨਿਭੀ ਪ੍ਰੀਤ, ਚਲਦੇ ਸਾਹਿਬ ਸੇਵਿਓ ਮਰਦੇ ਰੱਖਿਓ ਚੀਤ, ਉਹ ਤੇ ਹਰ ਵੇਲੇ ਉਸ ਪਿਆਰੇ ਕੋਲ ਨੇ। ਲੜ ਲੱਗੀਆਂ ਗੁਰੂ ਜੀ, ਲੜ ਲੱਗਿਆ ਗੁਰੂ ਜੀ ਤੇਰੇ, ਲੱਗਿਆ ਗੁਰੂ ਜੀ ਤੇਰੇ, ਨਾਲ ਲਾਈ ਰੱਖਿਓ ਪੱਲੇ, ਨਾਲ ਲਾਈ ਰੱਖਿਓ ਪੱਲੇ, ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ, ਲੱਗਿਆ ਗੁਰੂ ਜੀ ਤੇ, ਉਹ ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ, ਤੇਰੇ ਤਾਰ ਤੋਂ ਬਿਨਾਂ ਨੀ ਤਾਰ ਕੋਈ, 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 ਘਰ ਤੋਂ ਬਿਨਾਂ ਨੀ ਦਰ ਕੋਈ, ਕਿਹੜੇ ਦਰ ਜਾਵਾਂ ਮਾਲਕਾ, ਕਿਹੜੇ ਦਰ ਜਾਵਾਂ ਮਾਲਕਾ, ਕਿਹੜੇ ਦਰ ਜਾਵਾਂ ਮਾਲਕਾ। ਰਾਏ ਬਰਾਰ ਜੀ ਕਹਿੰਦੇ ਮਰ ਜਾ ਵੀ ਬਚਣ ਦਿਓ, ਮਾਰੇ ਕਹਿੰਦੇ ਨੇ ਠੀਕ ਹੈ,
ਕਹਿੰਦੇ ਜਦੋਂ ਮੇਰੀ ਜਾਨ ਨਿਕਲਣ ਵਾਲੀ ਹੋਵੇ, ਸੱਚੇ ਪਾਤਸ਼ਾਹ ਜੀ ਮੇਰਾ ਜਿਹੜਾ ਸਿਰ ਹੈ ਨਾ ਉਹ ਤੁਹਾਡੇ ਚਰਨਾਂ 'ਚ ਹੋਵੇ। ਮਹਾਰਾਜ ਖੁਸ਼ ਹੋ ਕੇ ਕਹਿੰਦੇ ਨੇ ਬਚਨ ਦਿੱਤਾ, ਰਾਏ ਜੀ ਜਦੋਂ ਤੁਸੀਂ ਸਾਲ 'ਚ ਇੱਕ ਵਾਰੀ ਆਪਣੇ ਘਰ ਵਿੱਚ ਮੇਲਾ ਕਰੋਗੇ, ਮੇਲਾ ਕਰੋਗੇ, ਲੰਗਰ ਲਵਾਓਗੇ, ਕਹਿੰਦੇ ਨੇ ਮੈਨੂੰ ਜਦੋਂ ਯਾਦ ਕਰੋਗੇ ਮੈਂ ਵੀ ਉਸ ਮੇਲੇ 'ਚ ਜ਼ਰੂਰ ਆਵਾਂਗਾ। ਸੰਗਤ ਜੀ ਜਿਸ ਦਿਨ ਮਹਾਰਾਜ ਉੱਥੋਂ ਚੱਲੇ, ਰਾਏ ਜੀ ਨੇ ਉਹੀ ਦਿਨ ਚੁਣ ਲਿਆ, ਉਹੀ ਦਿਨ ਚੁਣ ਲਿਆ। ਉਸ ਦਿਨ 'ਤੇ ਰਾਏ ਜੀ ਨੇ ਆਪਣੇ ਨਗਰ ਨੂੰ, ਪ੍ਰੇਮੀਆਂ ਨੂੰ, ਮਹਾਰਾਜ ਦੇ ਪਿਆਰਿਆਂ ਨੂੰ ਇਕੱਠਿਆਂ ਕਰਨਾ, ਲੰਗਰ ਤਿਆਰ ਕਰਨਾ, ਅਤੇ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰਨੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਜਦੋਂ ਰਾਏ ਜੀ ਨੇ ਚੌਂਕੜਾ ਮਾਰ ਕੇ ਸੰਗਤ ਜੀ ਕੀਰਤਨ ਹੋਣਾ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸੋਹਲੇ ਗਾਉਣੇ, ਅਤੇ ਕਹਿੰਦੇ ਨੇ ਉਦੋਂ ਮਹਾਰਾਜ ਗਰੀਬ ਨਵਾਜ਼ੀਆਂ ਨੇ ਜਦੋਂ ਉਹਨਾਂ ਅੱਖਾਂ ਬੰਦ ਕਰਨੀਆਂ ਅਤੇ ਮਹਾਰਾਜ ਨੇ ਆ ਕੇ ਦਰਸ਼ਨ ਦੇਣੇ। ਹੁਣ ਸਮਾਂ ਐਸਾ ਆ ਗਿਆ ਵੀ ਉਹ ਬਿਰਧ ਹੋ ਗਏ, ਸਰੀਰ ਬਿਰਧ ਹੋ ਗਿਆ, ਸੇਵਾ ਨਹੀਂ ਹੁੰਦੀ, ਆਪਣੇ ਆਪ ਦੀ ਵੀ ਉੱਠ ਕੇ ਨਹੀਂ ਹੁੰਦੀ ਸੰਗਤ ਜੀ। ਪਰ ਜਿਹੜੇ ਰੱਬ ਦੇ ਪਿਆਰੇ ਨਾ ਉਹਨਾਂ 'ਤੇ ਇਹ ਕਿਰਪਾ ਹੁੰਦੀ ਹੈ, ਉਹ ਆਪਣੇ ਗੁਰੂ ਦੇ ਬਚਨ ਨੂੰ ਬਹੁਤ ਮੰਨਦੇ ਨੇ। ਰਾਏ ਬਲਾਰ ਜੀ ਦਾ ਸਰੀਰ ਬਿਰਧ ਹੋ ਗਿਆ ਮੰਜੇ ਦੇ ਉੱਤੇ, ਪਰ ਹਰ ਵੇਲੇ ਜਪਦੇ ਰਹਿੰਦੇ ਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸੰਗਤ ਜੀ ਉਹ ਸਮਾਂ ਆ ਗਿਆ, ਸਮਾਂ ਆ ਗਿਆ, ਅਖੀਰਲਾ ਸਮਾਂ ਜੋ ਸਭ 'ਤੇ ਆਉਣਾ ਹੈ। ਮਹਾਰਾਜ ਕਹਿੰਦੇ ਨੇ ਇਸ ਸਮੇਂ ਤੋਂ ਕੋਈ ਨਹੀਂ ਬਚਿਆ, ਕਿਉਂਕਿ ਇਹ ਸਮਾਂ ਸਭ ਦੇ ਵਾਸਤੇ ਹੈ। ਬਾਰੇ ਬੁੱਢੇ ਤਰਨਾ ਭਾਈ ਸਭ ਨੂੰ ਜੰਮ ਲੈ ਜਾਈ ਹਰ, ਕਹਿੰਦੇ ਨੇ ਭਾਵੇਂ ਉਹ ਕੋਈ ਬਚਪਨ ਹੋਵੇ, ਚਾਹੇ ਕੋਈ ਬੁੱਢਾ ਹੋਵੇ, ਚਾਹੇ ਤੁਰਦਾ ਫਿਰਦਾ ਹੋਵੇ, ਕਹਿੰਦੇ ਜਦੋਂ ਜਮਕਾ ਠੇਂਗਾ ਲੱਗਣਾ ਫਿਰ ਜਾਣਾ ਹੀ ਪੈਣਾ। ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਕਾਲ ਨੂੰ ਪਾਵੇ ਨਾਲ ਬੰਨ ਲਿਆ ਸੀ, ਜਾਣਾ ਉਹਨਾਂ ਨੂੰ ਵੀ ਪਿਆ। ਉਹ ਵੀ ਚਲੇ ਗਏ, ਵੈਦਾਂ ਦੇ ਹੱਥ ਨਵਜਾ ਰਹੀਆਂ, ਉਹ ਵੈਦਾਂ ਦੇ ਹੱਥ ਨਵਜਾ ਰਹੀਆਂ। ਕਹਿੰਦੇ ਨੇ ਉਹਨਾਂ ਦੇ ਹੱਥਾਂ 'ਚ ਨਵਜਾਂ ਹੀ ਰਹਿ ਗਈਆਂ, ਜਾਂਦਾ ਰੂਹ ਅਟਕਾਇਆ ਨਾ, ਬੈਠੇ ਕੋਲ ਦਿਲਾਂ ਦੇ ਜਾਨੀ, ਪਰ ਭੇਦ ਕਿਸੇ ਨੇ ਪਾਇਆ ਨਾ, ਬੱਦਾ ਲਸ਼ਕਰ ਫੌਜਾਂ ਵਾਲਾ, ਓਏ ਬੱਦਾ ਲਸ਼ਕਰ ਫੌਜਾਂ ਵਾਲਾ, ਕਿਸੇ ਵੀ ਆਣ ਛਿੜਾਇਆ ਨਾ, ਤੇ ਟੋਆ ਕੱਢ ਜ਼ਮੀਨ 'ਚ ਦੱਬਿਆ, ਥੱਲੇ ਮੰਜਾ ਡਾਇਆ ਨਾ। ਉਹ ਸੰਤ ਕਹਿਣ ਇਸ ਦੁਨੀਆ ਨਾਲੋਂ, ਤੂੰ ਹਜੇ ਵੀ ਮੋਹ ਹਟਾਇਆ ਨਾ। ਸੰਗਤ ਜੀ ਜੋ ਮਰਜ਼ੀ ਹੋ ਜਾਏ, ਜਾਣਾ ਹੈ, ਜਿਹੜਾ ਜੁੜ ਗਿਆ ਉਹ ਗੁਰੂ ਦੇ ਚਰਨਾਂ 'ਤੇ ਗਿਆ। ਸੰਗਤ ਜੀ ਉਸ ਵੇਲੇ ਕਹਿੰਦੇ ਨੇ ਰਾਏ ਬਲਾਰ ਜੀ ਦਾ ਅਖੀਰਲਾ ਸਮਾਂ ਆ ਗਿਆ।
ਹੁਣ ਉਹ ਸਮਾਂ ਵੀ ਆ ਗਿਆ, ਉਹ ਦਿਨ ਵੀ ਆ ਗਿਆ ਤੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਅਰਜ਼ ਕਰਦੇ ਨੇ ਮਹਾਰਾਜ ਜੀ ਜਿਹੜਾ ਬਚਨ ਤੁਸੀਂ ਮੇਰੇ ਨਾਲ ਕੀਤਾ ਸੀ ਉਹ ਪਗਾ ਦਿਓ ਵੀ ਮੇਰੇ ਅਖੀਰਲੇ ਸਵਾਸ ਹੋਣਗੇ ਤੇ ਮੇਰਾ ਸਿਰ ਤੁਹਾਡੇ ਚਰਨਾਂ 'ਚ ਹੋਵੇ। ਇੱਧਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਦੂਰ ਨੇ ਮਰਦਾਨਿਆ, ਤਾਰ ਆ ਗਈ ਹੈ, ਛੇਤੀ ਜਾਣਾ ਪੈਣਾ ਹੈ। ਮਹਾਰਾਜ ਕਿੱਥੇ? ਕਹਿੰਦੇ ਨੇ ਆਪਣੀ ਜਨਮ ਭੋਂ ਤੇ ਜਾਣਾ। ਮਹਾਰਾਜ ਐਡੀ ਦੂਰ ਕਿਵੇਂ ਜਾਵਾਂ? ਕਹਿੰਦੇ ਨੇ ਤਾਰ ਵੀ ਬੜੀ ਕਾਹਲੀ ਆਈ ਹੈ, ਕਿਉਂਕਿ ਪੜਿਆ ਕਰਦੇ ਸੀ ਮਹਾਰਾਜ ਦੇਹਰਾਦੂਨ ਵਾਲਿਆਂ ਨੇ ਪੜ੍ਹਨਾ, ਇਹਤੇ ਤਾਰ ਪ੍ਰੇਮ ਦੀ ਐਸੀ ਪਤਾ ਕਿਸੇ ਗੁਰੂ ਪਿਆਰੇ ਨੂੰ, ਇਹਤੇ ਤਾਰ ਪ੍ਰੇਮ ਦੀ ਐਸੀ ਪਤਾ ਕਿਸੇ ਗੁਰੂ ਪਿਆਰੇ ਨੂੰ, ਇਹਤੇ ਤਾਰ ਪ੍ਰੇਮ ਦੀ ਐਸੀ ਪਤਾ ਕਿਸੇ ਗੁਰੂ ਪਿਆਰੇ ਨੂੰ, ਤਾਰ ਪ੍ਰੇਮ ਦੀ ਐਸੀ ਪਤਾ ਕਿਸੇ ਗੁਰੂ ਪਿਆਰੇ ਨੂੰ, ਇਹਤੇ ਬਿਨ ਖੰਭਿਆਂ ਬਿਨ ਤਾਰਾ ਮਿਲਦੀ ਆ ਪਿਆਰੇ ਨੂੰ, ਇਹਤੇ ਬਿਨ ਖੰਭਿਆਂ ਬਿਨ ਤਾਰਾ ਮਿਲਦੀ ਆ ਪਿਆਰੇ ਨੂੰ, ਬਿਨ ਖੰਭਿਆਂ ਬਿਨ ਤਾਰਾ ਮਿਲਦੀ ਜਾ ਪਿਆਰੇ ਨੂੰ, ਇਹਤੇ ਬਿਨ ਖੰਭਿਆਂ ਬਿਨ ਤਾਰਾ ਮਿਲਦੀ ਜਾ। ਆਪਣੇ ਵੀਰ ਪਿਆਰੇ ਨੂੰ ਇਹੋ ਤਾਰ ਨਾਨਕੀ ਪਾਈ, ਆਪਣੇ ਵੀਰ ਪਿਆਰੇ ਨੂੰ ਇਹੋ ਤਾਰ ਨਾਨਕੀ ਪਾਈ, ਆਪਣੇ ਵੀਰ ਪਿਆਰੇ ਨੂੰ ਇਹੋ ਤਾਰ ਨਾਨਕੀ ਪਾਈ, ਆਪਣੇ ਵੀਰ ਪਿਆਰੇ ਨੂੰ, ਵੀਰ ਵੇ ਆ ਕੇ ਫੁਲਕਾ ਖਾ ਜਾ ਤਾਰੇ ਦੇ ਦਿਦਾਰੇ ਨੂੰ, ਬਾਬਾ ਆ ਕੇ ਫੁਲਕਾ ਖਾ ਜਾਵੇ ਨਾਲੇ ਦੇ ਦਿਦਾਰੇ, ਓਹੋ ਵੀਰ ਵੇ ਆ ਕੇ ਫੁਲਕਾ ਖਾ ਜਾ ਨਾਲੇ ਦੇ ਦਿਦਾਰੇ ਤੂੰ, ਵੀਰ ਵੇ ਆ ਕੇ ਫੁਲਕਾ ਖਾ ਜਾ ਨਾਲੇ ਦੇ ਦਿਦਾਰੇ ਤੂੰ। ਫਿਰ ਉਸ ਪਿਆਰੇ ਨੂੰ ਮਾਰੇ ਕਹਿੰਦੇ ਮਰਦਾਨੇ ਹੁਣ ਛੇਤੀ ਜਾਣਾ ਪੈਣਾ, ਸਾਰੇ ਕੰਮ ਛੱਡ ਦੇ, ਰਾਏ ਜੀ ਦੀ ਤਾਰ ਆ ਰਹੀ ਹੈ। ਇਧਰੋਂ ਰਾਏ ਬਰਾਰ ਜੀ ਮਹਾਰਾਜ ਦਾ ਧਿਆਨ ਧਰ ਕੇ ਨੇਤਰ ਬੰਦ ਕਰਕੇ ਤੇ ਜਿਸ ਕਮਰੇ ਚ ਸੀ ਸਾਰਾ ਸਖੇ ਸੰਬੰਧੀ ਪਰਿਵਾਰ ਉੱਥੇ ਇਕੱਠਾ ਹੋ ਗਿਆ, ਵੇਖਣ ਲੱਗ ਪਏ ਵੀ ਹੁਣ ਇਹਨਾਂ ਦੇ ਸਵਾਸ ਅਖੀਰਲੇ ਨੇ, ਕੋਈ ਲੱਤਾਂ ਕੁੱਟਦਾ, ਕੋਈ ਮੂੰਹ ਚ ਪਾਣੀ ਪਾਉਂਦਾ। ਕਹਿੰਦੇ ਨੇ ਬਸ ਐਸਾ ਸਮਾਂ ਬਣਿਆ, ਕਹਿੰਦੇ ਨੇ ਸਭ ਨੂੰ ਕਹਿੰਦੇ ਨੇ ਬਾਹਰ ਨਿਕਲ ਜਾਓ। ਕਿਉਂ ਬਾਪੂ ਜੀ ਕੀ ਗੱਲ ਹੋ ਗਈ? ਕਹਿੰਦੇ ਨੇ ਬਾਹਰ ਹੋ ਜਾਓ। ਕਿਹੜੀ ਗੱਲੋਂ? ਕਹਿੰਦੇ ਮੇਰਾ ਪਿਆਰਾ ਗੁਰੂ ਨਾਨਕ ਆਉਣ ਲੱਗਾ ਪਰ ਤੁਹਾਨੂੰ ਦਰਸ਼ਨ ਨਹੀਂ ਹੋਣੇ, ਜਦ ਉਹਨੇ ਆਉਣਾ ਮੈਨੂੰ ਦਰਸ਼ਨ ਹੋਣੇ ਨੇ, ਕਿਉਂ ਮੈਂ ਉਹਦੀ ਗੋਦ ਵਿੱਚ ਜਾਣਾ। ਸੰਗਤ ਜੀ ਉਸ ਵੇਲੇ ਕਹਿੰਦੇ ਨੇ ਪਰਿਵਾਰ ਨੇ ਬਚਨ ਮੰਨਿਆ, ਬਾਹਰ ਚਲੇ ਗਏ, ਢਾਸਣਾ ਲਾ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰ ਲਈਆਂ। ਇੱਧਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਉਸ ਕਮਰੇ 'ਚ ਜਦੋਂ ਹੋਇਆ, ਐਸਾ ਪ੍ਰਕਾਸ਼ ਹੋਇਆ, ਐਸਾ ਵੀ ਬਾਹਰ ਤੱਕ ਲੈਟ ਗਈ। ਜਿਹੜਾ ਸਰੀਰ ਬਿਮਾਰੀਆਂ ਦਾ ਭਰਿਆ ਹੋਇਆ ਸੀ, ਸਰੀਰ ਬਿਰਧ ਹੋ ਗਿਆ ਸੀ,
ਇਹਨਾਂ ਨੇ ਇੱਕਦਮ ਤੰਦਰੁਸਤ ਹੋ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਖਲੋਤੇ ਨੇ। ਉਸ ਵੇਲੇ ਰਾਏ ਬਲਾਰ ਜੀ ਦੀਆਂ ਅੱਖਾਂ ਚੋਂ ਸ਼ਮ ਸ਼ਮ ਹੰਝੂ ਚੱਲਣ ਲੱਗ ਪਏ। ਸੱਚਿਆ ਪਾਤਸ਼ਾਹ ਤੇਰੀ ਵੱਡੀ ਵਡਿਆਈ ਹੈ ਗੁਰੂ ਨਾਨਕ ਸਾਹਿਬ ਜੀ, ਹੁਣ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਘੁੱਟ ਕੇ ਸੀਨੇ ਨਾਲ ਲਾਇਆ ਤੇ ਗੋਦੀ ਵਿੱਚ ਸਿਰ ਧਰ ਲਿਆ। ਦਰਸ਼ਨ ਕਰੀ ਜਾਂਦਾ ਅੱਖਾਂ ਮਹਾਰਾਜ ਵੱਲ ਨੇ। ਇਹ ਸੰਗਤ ਜੀ ਹੌਲੀ 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 ਉਹ ਸਵਾਸ, ਮਹਾਰਾਜ ਕਹਿੰਦੇ ਨੇ ਜੇ ਆਖੇ ਤੇ ਹੁਣ ਇੱਕ ਵਾਰੀ ਤੈਨੂੰ ਹੋਰ ਸਵਾਸ ਬਖਸ਼ ਦੀਏ। ਮਹਾਰਾਜ ਨਹੀਂ, ਕੋਈ ਤਮਾ ਨਹੀਂ ਰਹਿ ਗਈ, ਕੋਈ ਜਿਉਣ ਦਾ ਹੁਣ ਮੈਨੂੰ ਚਾਅ ਨਹੀਂ ਰਹਿ ਗਿਆ। ਮੈਂ ਤੇ ਇਹ ਚਾਹੁੰਦਾ ਮੇਰੇ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੀ ਗੋਦ ਵਿੱਚ ਲੈ ਲੋ, ਮੌਤ ਦਾ ਸਵਾਦ ਆ ਜਾਵੇ। ਮੈਨੂੰ ਆਪਣੀ ਗੋਦ ਵਿੱਚ ਲੈ ਲੋ, ਮਰਨ ਦਾ ਸਵਾਦ ਆ ਜਾਵੇ। ਮੈਨੂੰ ਆਪਣੀ ਗੋਦ ਵਿੱਚ ਲੈ ਲੋ, ਮਰਨ ਦਾ ਸਵਾਦ ਆ ਜਾਵੇ। ਮੈਨੂੰ ਆਪਣੀ ਗੋਦ ਵਿੱਚ ਲੈ ਲੋ, ਮਰਨ ਦਾ ਸਵਾਦ ਆ ਜਾਵੇ। ਕਬੀਰ ਮਰਦਾ ਮਰਦਾ ਜਗ ਮੁਆ, ਮਰ ਪੀ ਨਾ ਜਾਣਿਆ ਹੋਏ, ਐਸੀ ਮਰਨੀ ਜੋ ਮਰਨਾ ਹੋਏ, ਐਸੀ ਮਰਨੀ ਜੋ ਮਰੈ, ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ। ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ ਹੋਏ। ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ। ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਸਹਿਲਾ ਮਰਨਾ ਹੋਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਰਾਏ ਬਲਾਰ ਜੀ ਨੇ ਆਪਣੇ ਸਵਾਸ ਦਿੱਤੇ। ਇਸ ਕਰਕੇ ਜਿਹੜਾ ਗੁਰੂ ਵਾਲਾ ਬਣ ਜਾਂਦਾ, ਗੁਰੂ ਫਿਰ ਉਹਦੀ ਪੈਜ ਰੱਖਦਾ।